ਦਾ ਕੈਬਨਿਟ ਮੰਤਰੀ ਚੇਤਨ ਸਿੰਘ ਜੁੜਾ ਮਾਜਰਾ ਹੋਰ ਨੇ ਇੱਕ ਮਹਿਕਮਾ ਹੋਰ ਸੰਭਾਲ ਲਿਆ ਵਾ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਮਾਈਨਿੰਗ ਮਹਿਕਮਾ ਜਿਹੜਾ ਵਾ ਜੁੜਾ ਮਾਜਰਾ ਸਾਹਿਬ ਨੇ ਸੰਭਾਲ ਲਿਆ ਵਾ ਜੁੜਾ ਮਾਜਰਾ ਜੀ ਬੜਾ ਅਹਿਮ ਮਹਿਕਮਾ ਜਿਹੜਾ ਵਾ ਉਹ ਤੁਹਾਨੂੰ ਮਿਲਿਆ ਵਾ ਕਿਉਂਕਿ ਮਾਈਨਿੰਗ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਮਾਈਨਿੰਗ ਨੂੰ ਲੈ ਕੇ ਆਪੋਜੀਸ਼ਨ ਬਹੁਤ ਘੇੜਦੀ ਹੈ ਸਰਕਾਰ ਨੂੰ ਤੁਹਾਡੇ ਅਗਰ ਦੇਖਿਆ ਜਾਵੇ ਕਿ ਇਸ ਤਰੀਕੇ ਨਾਲ ਰੂਪਰੇਖਾ ਤੁਸੀਂ ਤਿਆਰ ਕਰੋਗੇ ਕਿ ਮਾਈਨਿੰਗ ਤੋਂ ਪੈਸਾ ਵੀ ਸਰਕਾਰ ਨੂੰ ਆਵੇ ਮਾਈਨਿੰਗ ਦੇ ਵਿੱਚ ਜਿਹੜਾ ਮਾਫੀਆ ਵਾ ਉਸੇ ਵੀ ਪੂਰੀ ਤਰੀਕੇ ਨਾਲ ਖਤਮਾ ਹੋ ਦੇਖੋ ਸਾਡਾ ਮਕਸਦ ਹੈ ਇੱਕ ਤਾਂ ਜਿਹੜੇ ਲੋਕਾਂ ਨੂੰ ਰੇਤ ਬਜਰੀ ਦੀ ਲੋੜ ਹੈ ਉਹਨਾਂ ਤੱਕ ਪਹੁੰਚੇ ਔਰ ਕੋਸ਼ਿਸ਼ ਰਹੂਗੀ ਸਾਡੀ ਕਿ ਕੁਝ ਮਾਈ ਤਾਂ ਚੱਲ ਗਈਆਂ ਸੀਗੀਆਂ ਕੁਝ ਛਿਲੀਆਂ ਰਹਿੰਦੀਆਂ ਨੇ ਉਹਨਾਂ ਨੂੰ ਵੀ ਜਲਦੀ ਹੈ ਜਿਹੜੀ ਚਲਾਉਣ ਦੀ ਸਾਡੀ ਤਿਆਰੀ ਹੈ ਔਰ ਇਹਦੇ ਨਾਲ ਹੀ ਜਿੱਥੇ ਕੋਈ ਕਮੀ ਪੇਸ਼ੀ ਲੱਗੇਗੀ ਉਹਨੂੰ ਸਾਰਾ ਆਪ ਸੀਐਮ ਸਾਹਿਬ ਨਾਲ ਡਿਸਕਸ ਕਰਕੇ ਉਹ ਸਾਰਾ ਮੋਨੀਟਰ ਕਰਾਂਗੇ ਔਰ ਜਿੱਥੇ ਜਿਹੋ ਜੀ ਲੋੜ ਹੋਊਗੀ ਉਹ ਜੀ ਜੇ ਕਿਸੇ ਕੋਈ ਨਜਾਇਜ਼ ਮਾਈ ਨਹੀਂ ਕਰਦਾ ਉਥੇ ਬਣਦੀ ਕਾਰਵਾਈ ਹੈ ਜਿਹੜੀ ਉਹ ਵੀ ਜਿਹੜੀ ਕੀਤੀ ਜਾਊਗੀ ਸੋ ਸਾਡਾ ਮਕਸਦ ਹੈ ਕਿ ਜਿਹੜੇ ਜਿਨ੍ਹਾਂ ਨੂੰ ਕੋਈ ਲੀਗਲੀ ਤਰੀਕਾ ਨਾਲ ਮਾਈਨਸ ਅਲੋਟ ਹੋਈਆਂ ਨੇ ਉਹ ਆਪਣਾ ਕੰਮ ਪੂਰੇ ਇਮਾਨਦਾਰੀ ਨਾਲ ਕਰਨ ਔਰ ਬਣਦਾ ਜਿਹੜਾ ਸਰਕਾਰ ਦੀ ਰਾਇਲਟੀ ਆ ਉਹ ਸਰਕਾਰ ਨੂੰ ਦੇਣ ਔਰ ਜਿਹੜਾ ਆਪਦਾ ਬਣਦਾ ਉਹ ਹੈ ਉਹ ਆਪ ਰੱਖਣਾ ਤੇ ਸਰਕਾਰ ਨਾਲ ਕੋਈ ਕਿਸੇ ਕਿਸਮ ਦੀ ਕੋਈ ਧੋਖੇਬਾਜ਼ੀ ਕਰਨ ਦੀ ਕਿਉਂਕਿ ਸਰਕਾਰਾਂ ਜਿਹੜੀਆਂ ਐਦਾਂ ਦੇ ਟੈਕਸਾਂ ਵਾਲੀ ਚੱਲਦੀਆਂ ਨੇ ਸੋ ਉਹ ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਦਾ ਬੰਦਾ ਸਰਕਾਰ ਨੂੰ ਮਿਲੇ ਜਿਹੜਾ ਠੇਕੇਦਾਰ ਦਾ ਜਿਹਨੇ ਮਾਈਨ ਲਈ ਹੈ ਉਹਦਾ ਉਹਨੂੰ ਮਿਲੇ ਉਹ ਵਿਰੋਧੀ ਧਿਰਾਂ ਬਹੁਤ ਸਾਰੇ ਨਿਸ਼ਾਨੇ ਸਾਧਦੀਆਂ ਨੇ ਕਿ ਅਨੰਦਪੁਰ ਸਾਹਿਬ ਵਾਲੇ ਪਾਸੇ ਮਾਈਨਿੰਗ ਹੁੰਦੀ ਰੋਪੜ ਵਾਲੇ ਪਾਸੇ ਇਲੈਗਲ ਮਾਈਨਿੰਗ ਹੁੰਦੀ ਹੈ ਕੋਈ ਰੋਡ ਮੈਪ ਤਿਆਰ ਹੈ ਕਿ ਪੁਲਿਸ 24 ਘੰਟੇ ਐਕਟਿਵ ਰਹੇਗੀ ਜਾਂ ਕਿਸ ਤਰੀਕੇ ਦੇ ਨਾਲ ਐਕਸ਼ਨ ਜਿਹੜਾ ਵਾ ਲਿੱਤਾ ਜਾਏਗਾ ਤਾਂ ਕਿ ਇਲੈਗਲ ਮਾਈਨਿੰਗ 1% ਵੀ ਨਾ ਹੋ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਬੈਠ ਕੇ ਸਾਰਾ ਡਿਸਕਸ ਕਰਾਂਗੇ ਕਿ ਕਿਵੇਂ ਇਤੇ ਜਿਹੜਾ ਜਿਹਾ ਵੀ ਸੁਜੈਸ਼ਨ ਸਾਨੂੰ ਹੋਰ ਵੀ ਆਉਣਗੇ ਸੀਐਮ ਸਾਹਿਬ ਨਾਲ ਕਰਕੇ ਗੱਲਬਾਤ ਉਹ ਫਿਰ ਸਾਰਾ ਇੰਪਲੀਮੈਂਟ ਕਰਾਂਗੇ ਔਰ ਨਜ਼ਾਇਜ਼ ਕੋਈ ਮਾਈਨਿੰਗ ਹੋਣ ਨਹੀਂ ਦਵਾਗੇ ਸਾਡੀ ਕੋਸ਼ਿਸ਼ ਰਹੂਗੀ ਜਿਹਨੇ ਲੀਗਲ ਮਾਈਂਡ ਨੇ ਉਹੀ ਚੱਲਣ ਔਰ ਹਰ ਇੱਕ ਘਰ ਜਿਹੜਾ ਲੋਡ ਬੰਦ ਹੈ ਉਹ ਤੱਕ ਜਿਹੜਾ ਰੇਤਾ ਬਜਰੀਆ ਉਹ ਜਿਹੜੀ ਪਹੁੰਚ ਸਕੇ ਦੂਸਰੇ ਵੀ ਇੱਕ ਹੀ ਜਿਹੜਾ ਪੈਸਾ ਵਾ ਉਹ ਕਿਸ ਤਰੀਕੇ ਨਾਲ ਮਾਈਨਿੰਗ ਤੋਂ ਆ ਸਕਦਾ ਕਿਉਂਕਿ ਮਾਈਨਿੰਗ ਨੂੰ ਲੈ ਕੇ ਇੱਕ ਵੱਡਾ ਸੋਰਸ ਹੈ ਇੱਕ ਲਿਕਰ ਵੱਡਾ ਸੋਰਸ ਹੁੰਦਾ ਹੈ ਰੈਵਨਿਊ ਵੱਡਾ ਸੋਰਸ ਜਿਹੜਾ ਡਿਪਾਰਟਮੈਂਟ ਹੁੰਦਾ ਇਸੇ ਤਰੀਕੇ ਨਾਲ ਮਾਈਨਿੰਗ ਕਹਿੰਦੇ ਸਰਕਾਰ ਦਾ ਕਮਾਊ ਪੁੱਤ ਜਿਹੜਾ ਉਸ ਨੂੰ ਕਿਹਾ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਹਜੇ ਸੰਭਾਲਿਆ ਚਾਰਜ ਲਿਆ ਔਰ ਸਬੰਧਤ ਅਧਿਕਾਰੀ ਨੇ ਸਾਰੇ ਉਹਨਾਂ ਨਾਲ ਗੱਲਬਾਤ ਕਰਕੇ ਜਿਵੇਂ ਵੀ ਜਿਹੜੀ ਪਾਲਿਸੀ ਆ ਉਹ ਸਾਰੀ ਦੇਖਾਂ ਕਿਵੇਂ ਕੀ ਗੱਲਬਾਤ ਹੈ ਉਹਦੇ ਤਹਿਤੀ ਜਿਹੜਾ ਬਣਦਾ ਹੋਊਗਾ ਤਾਂ ਨੇਚਰਲੀਆ ਸਰਕਾਰ ਨੂੰ ਆਉਣੀ ਆਉਣਾ ਸੋ ਸਾਡੀ ਇੱਕੋ ਹੀ ਪ੍ਰਾਇੋਰਟੀ ਆ ਕਿ ਅ ਅਸੀਂ ਕਿਸੇ ਨਾਲ ਕੋਈ ਪੱਖਪਾਤ ਨਹੀਂ ਕਰਨਾ ਔਰ ਚਾਹੇ ਜਿਨੇ ਵੀ ਜੋ ਮਾਇਨ ਲਈਆਂ ਹੋਈਆਂ ਨੇ ਉਹ ਸਹੀ ਤਰੀਕੇ ਨਾਲ ਚਲੋ ਸਾਨੂੰ ਕੋਈ ਕਿਸੇ ਨਾਲ ਕੋਈ ਇਲਾਗਾ ਦੀ ਗੱਲ ਨਹੀਂ ਵੀ ਕਿਸੇ ਨਾਲ ਕੋਈ ਨਜਾਇਜ਼ ਕਰਨੀਆਂ ਬਾਕੀ ਜਿਹੜਾ ਰੌਲਾ ਪੈਂਦਾ ਕਿ ਮਾਈਨਿੰਗ ਹੋ ਰਹੀ ਆ ਇਹ 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 ਤਾਂ ਜਦੋਂ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਦੇ ਸਮੇਂ ਬਥੇਰੀ ਮਾਈਨਿੰਗ ਹੁੰਦੀ ਰਹੀ ਆ ਔਰ ਉਹੀ ਕਰਦੇ ਰਹੇ ਨੇ ਸੋ ਸਾਡਾ ਤਾਂ ਕਿਸੇ ਦਾ ਕੋਈ ਕੋਈ ਮਾਈਨ ਚ ਕੋਈ ਹੈ ਨਹੀਂ ਗੱਲਬਾਤ ਵੀ ਕਿਸੇ ਨੇ ਕੋਈ ਉਹ ਲਾਇਆ ਹੋਣ ਕ੍ਰੈਸ਼ਰ ਲਾਇਆ ਹੋਣ ਜਾਂ ਹੋਰ ਕੋਈ ਖੱਡਾਂ ਲਈਆਂ ਹੋਣ ਇਹ ਜਾਂ ਕੋਈ ਸ਼ੈ ਨਹੀਂ ਪਹਿਲਾਂ ਸਾਰੇ ਕੁਝ ਹੀ ਦੇਖਿਆ ਆਪਾਂ ਨੇ ਕੀ ਕੁਝ ਹੁੰਦਾ ਰਿਹਾ ਕਿੰਨਾ ਕਿੰਨਾ ਦੇ ਨਾਂ ਤੇ ਹੁੰਦੇ ਰਹੇ ਨੇ ਸੋ ਇਸ ਕਰਕੇ ਅਸੀਂ ਬਿਲਕੁਲ ਪਾਰਦਰਸ਼ਤਾ ਨਾਲ ਆ ਜਿਹੜਾ ਦੇਖੀ ਇਹਦਾ ਕੰਮ ਆ ਜਿਹੜਾ ਉਹ ਸਾਰਾ ਚੱਲੂਗਾ ਤੁਹਾਡਾ ਕਦ ਬੜਾ ਵੱਡਾ ਹੋ ਗਿਆ ਲਗਾਤਾਰ ਬੜੇ ਅਹਿਮ ਵਿਭਾਗ ਤੁਹਾਡੇ ਕੋਲ ਆ ਗਏ ਕਿਵੇਂ ਲੱਗਦਾ ਹੈ ਕਿ ਕਈ ਸਾਰੇ ਵੱਡੇ ਡਿਪਾਰਟਮੈਂਟ ਸੰਭਾਲਣਾ ਇਨਫੋਰਮੇਸ਼ਨ ਬ੍ਰੋਡਕਾਸਟਿੰਗ ਤੁਹਾਡੇ ਕੋਲ ਹੈ ਫਰੀडम फाइਟਰ ਵਿਭਾਗ ਤੁਹਾਡੇ ਕੋਲ ਔਰ ਮਾਈਨਿੰਗ ਆਪਸ ਕਿਵੇਂ ਇੰਨੇ ਵੱਡੇ ਵਿਭਾਗ ਸੰਭਾਲ ਪਾਓਗੇ ਔਰ ਕਿਸ ਤਰੀਕੇ ਦਾ ਕੋਈ ਰੇ ਨਹੀਂ ਆ ਸਾਡਾ ਕੋਈ ਕਦ ਵੱਡਾ ਨਹੀਂ ਜੀ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਕਦ ਸਾਡੇ ਅਰਵਿੰਦ ਕੇਜੀਵਾਲ ਸਾਹਿਬ ਉਹਨਾਂ ਦਾ ਕਦ ਹਮੇਸ਼ਾ ਉੱਚਾ ਰਹੇ ਅਸੀਂ ਅਸੀਂ ਬੱਚੇ ਹੀ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹ ਅਸੀਂ ਤਾਂ ਬਹੁਤ ਕੁਝ ਸਿੱਖਣਾ ਉਹਨਾਂ ਤੋਂ ਔਰ ਉਹਨਾਂ ਦੇ ਜਿਵੇਂ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਉਹਦੇ ਤਹਿਤ ਹੀ ਅਸੀਂ ਅੱਗੇ ਚੱਲ ਕੇ ਜਿਹੜਾ ਹੈਗਾ ਲੋਕਾਂ ਦੇ ਹਿੱਤ ਲਈ ਤੁਸੀਂ ਦੇਖੋ ਜਦੋਂ ਵੀ ਸਾਡੇ ਮੁੱਖ ਮੰਤਰੀ ਸਾਹਿਬ ਕੋਈ ਵੀ ਕੰਮ ਕਰਦੇ ਨੇ ਤਾਂ ਆਮ ਪਬਲਿਕ ਦੇ ਹਿੱਤ ਲਈ ਕਰਦੇ ਨੇ ਸੋ ਇਸ ਕਰਕੇ ਸਾਡੀ ਕੋਸ਼ਿਸ਼ ਰਹੂ ਕਿ ਅਸੀਂ ਪੰਜਾਬ ਦੇ ਹਿੱਤ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਗੱਲ ਕਰੀਏ ਉਹਨਾਂ ਦੇ ਹਿੱਤ ਲਈ ਉਦੇ ਬਸਤੇ ਅਸੀਂ ਸੀਐਮ ਸਾਹਿਬ ਦਾ ਵੀ ਜਿਹੜੀ ਹੈਗੀ ਆ ਸਮੇਂ-ਸਮੇਂ ਤੇ ਉਹਨਾਂ ਨਾਲ ਜਿਵੇਂ ਵੀ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਉਹ ਵੀ ਲੈਂਦੇ ਉਹ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਨਾਲ ਵੀ ਬੈਠ ਕੇ ਜਿਹੜੀ ਰੂਪ ਰੇਖਾ ਹੈ ਸਾਰੀ ਉਹ ਤੈਅ ਕਰਾਂ। ਤੁਹਾਡੇ ਤੋਂ ਪਹਿਲਾਂ ਮੀਤ ਥੇਰ ਸਾਹਿਬ ਸੀ ਉਹਨਾਂ ਤੋਂ ਪਹਿਲਾਂ ਹਜੋਤ ਸਿੰਘ ਬੈਂਸ ਸੀ। ਤੁਹਾਡਾ ਕੋਈ ਸਟਾਈਲ ਵੱਖਰਾ ਹੋਏਗਾ ਜਾਂ ਉਸੇ ਅੰਦਾਜ਼ ਵਿੱਚ ਤੁਸੀਂ ਕੰਮ ਜਿਹੜਾ ਉਹ ਕਰੋ। ਨਹੀਂ ਦੇਖੋ ਐਦਾਂ ਦਾ ਕੋਈ ਗੱਲਬਾਤ ਨਹੀਂ ਹੈ ਇਹਦੇ ਵਿੱਚ ਕੋਈ ਮੈਂ ਤਾਂ ਆਮ ਜਿਹਾ ਸਿੱਧਾ ਜਿਹਾ ਬੰਦਾ ਤੁਹਾਨੂੰ ਪਤਾ ਹੀ ਸਾਰਾ ਕੁਝ ਅਸੀਂ ਤਾਂ ਸਾਡੇ ਤੇ ਭਰੋਸਾ ਪ੍ਰਗਟਾਇਆ ਸਾਨੂੰ ਭਰੋਸੇ ਨੂੰ ਅਸੀਂ ਪੂਰਾ ਬਰਕਰਾਰ ਰੱਖਾਂਗੇ ਔਰ ਭਰੋਸਾ ਸੀਐਮ ਸਾਹਿਬ ਦਾ ਭਗਵੰਤ ਮਾਨਜੀ ਦਾ ਉਹ ਟੁੱਟ ਨਹੀਂ ਦੇਣਾ ਅਸੀਂ ਤਾਂ ਉਹਨਾਂ ਦੇ ਜਿਹੜੇ ਦਿਖਾਏ ਹੋ ਰਸਤੇ ਨੇ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਤਾਂ ਨਵਾਂ ਚਾਰ ਜਿਹੜਾ ਹੈ ਉਹ ਸੰਭਾਲਿਆ ਗਿਆ ਹੈ ਚੇਤਨ ਸਿੰਘ ਜੋੜਾ ਮਾਜਰਾ ਦੇ ਵੱਲੋਂ ਔਰ ਐਸ ਵੱਲੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦਾ ਮੂੰਹ ਵੀ ਮਿੱਠਾ ਕਰਾ ਰਹੇ ਨੇ ਔਰ ਕੈਬਿਨੇਟ ਦੇ ਵਿੱਚ ਕਦ ਵੀ ਉੱਚਾ ਹੋਇਆ ਹਾਲਾਂਕਿ ਕਹਿ ਰਹੇ ਨੇ ਕਿ ਮੈਂ ਸਿੱਖ ਰਿਹਾ ਵਾਂ ਔਰ ਅੱਗੇ ਵੀ ਸਿੱਖਦਾ ਰਵਾਂਗਾ ਔਰ ਚਾਰ ਸੰਭਾਲਣ ਦੇ ਮੌਕੇ ਉਹਨਾਂ ਦੇ ਦੋਸਤ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਇੱਕ ਇੱਥੇ ਮੌਕੇ ਤੇ ਮੌਜੂਦ ਨੇ ਔਰ ਕਾਫੀ ਅਹਿਮ ਤੇ ਕਾਫੀ ਵੱਡਾ ਮਹਿਕਮਾ ਜਿਹੜਾ ਵੈ ਉਹ ਜੋੜਾ ਮਾਜਰਾ ਹੋਰਾਂ ਦੇ ਮੋਢਿਆਂ ਦੇ ਉੱਤੇ ਹੈ ਕਿਉਂਕਿ ਮਾਈਨਿੰਗ ਇੱਕ ਅਜਿਹਾ ਮਹਿਕਮਾ ਹੈ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ ਬਹੁਤ ਸਾਰੇ ਵਿਰੋਧੀ ਨਿਸ਼ਾਨਾ ਵੀ ਸਾਧਦੇ ਨੇ ਔਰ ਅਜਿਹੇ 'ਚ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਚੇਤਨ ਸਿੰਘ ਜੋੜਾ ਮਾਜਰਾ ਹੋਰਾਂ ਦੇ ਮੋਢਿਆਂ ਦੇ ਉੱਤੇ ਆਈ ਹੈ ਕੈਮਰਾਮੈਨ ਜਿੰਦਰ ਦੇ ਨਾਲ ਪੰਕੀਕ ਪਾਈ న్యూਸ 18 ਚੰਡੀਗੜ੍ਹ